स्वागत है सारे दूरदर्शन देख रहे दर्शकों का निघा स्वागत और अज दोस्तों तुहानू किस्से कहानियां दी दुनिया दे विच लाइव ले चलदे यानी बोध कथा दे विच और इस सफर दे विच असीं भी तुहाडे नाल होवांगे। मैं शिवाजी आर्यन ते मैं हां प्रदीप कौर ते जिवें आर्यन तुसीं गल कीती ना कहानियां दे आपां मतलब ਉਹ ਦੁਨੀਆਂ 'ਚ ਜਾ ਰਹੇ ਹਾਂ ਹੈ ਨਾ ਬੋਧ ਕਥਾ ਮਤਲਬ ਕਿ ਇੱਦਾਂ ਦੀਆਂ ਕਹਾਣੀਆਂ ਜੋ ਸਾਡੀ ਜ਼ਿੰਦਗੀ ਦੀ ਕਹਾਣੀ ਨੂੰ ਇੱਕ ਗਿਆਨ ਦਿੰਦੀ ਹੈ ਅਤੇ ਜ਼ਿੰਦਗੀ ਨੂੰ ਥੋੜ੍ਹੀ ਚੱਲਣ ਲਈ ਸੁਖਾਲੀ ਕਰਦੀ ਹੈ ਜੀ ਬਿਲਕੁਲ। ਔਰ ਦੋਸਤੋ ਬੋਧ ਕਥਾ ਵਾਕਈ ਕਿ ਜਿਹਦੇ ਤੋਂ ਸਾਨੂੰ ਬੋਧ ਹੋਏ ਗਿਆਨ ਹੋਏ ਔਰ ਅਸੀਂ ਆਪਣੇ ਆਪ ਨੂੰ ਸਵੈ ਪੜਚੋਲ ਕਰ ਸਕੀਏ ਕਿ ਅਸੀਂ ਜ਼ਿੰਦਗੀ 'ਚ ਕੀ ਕਰਨਾ। ਸੋ ਬਹੁਤ ਸਾਰੀਆਂ ਗੱਲਾਂ ਇੱਥੇ ਹੋਣਗੀਆਂ ਲੇਕਿਨ ਹੁਣ ਜ਼ਿਆਦਾ ਸਮੇਂ ਨਹੀਂ ਲਵਾਂਗੇ ਕਿਉਂਕਿ ਇੱਕ ਨਾਮਵਰ ਕਹਾਣੀਕਾਰ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦਾ ਨਾਮ ਦੱਸਾਂ ਮੈਂ ਜ਼ਰੂਰ ਦੱਸਾਂਗਾ ਕਿ ਬਰਨਾਲਾ ਤੋਂ ਨੇ, ਬਰਨਾਲਾ ਤੋਂ ਅੱਜ ਇੱਥੇ ਪਹੁੰਚ ਚੁੱਕੇ ਨੇ ਔਰ ਸਾਹਿਤ ਅਕੈਡਮੀ ਦਿੱਲੀ ਦਾ ਉਹਨਾਂ ਨੂੰ ਬਾਲ ਸਾਹਿਤ ਪੁਰਸਕਾਰ ਵੀ ਮਿਲ ਚੁੱਕਿਆ ਹੈ। ਪੇਸ਼ੇ ਵਜੋਂ ਆਪਣੇ ਕੰਮ ਵਜੋਂ ਕਿੱਤੇ ਵਜੋਂ ਟੀਚਰ ਬਣ ਕੇ ਸਿੱਖਿਆ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਨੇ ਔਰ ਬਹੁਤ ਸਾਰੀਆਂ ਕਹਾਣੀਆਂ ਕਵਿਤਾਵਾਂ ਲਿਖ ਚੁੱਕੇ ਨੇ, ਇੱਕ ਕਵੀ ਵੀ ਨੇ ਜੀ। ਗੱਲ ਕਰ ਰਹੇ ਜੀ ਤਰਸੇਮ ਜੀ ਦੀ, ਨਿੱਘਾ ਸਵਾਗਤ ਕਰਦੇ ਹਾਂ ਤਰਸੇਮ ਜੀ ਆਪ ਜੀ ਦਾ। ਸ਼ੁਕਰੀਆ ਸਰ, ਸ਼ੁਕਰੀਆ ਜੀ। ਅੱਜ ਤੁਸੀਂ ਸਟੂਡੀਓ ਦੇ ਵਿੱਚ ਆ ਚੁੱਕੇ ਹੋ ਔਰ ਕਹਾਣੀ ਲੈ ਕੇ ਆਏ ਨੇ। ਪ੍ਰਭਦੀਪ ਜੀ ਕਹਾਣੀਆਂ ਸੁਣੀਆਂ ਕਦੇ ਤੁਸੀਂ? ਬਹੁਤ, ਕਿਉਂਕਿ ਬਚਪਨ ਅੱਜ ਕੱਲ੍ਹ ਦੇ ਬੱਚਿਆਂ ਦਾ ਤਾਂ ਪਤਾ ਨਹੀਂ, ਮੈਨੂੰ ਲੱਗਦਾ ਆਪਣਾ ਜਿਹੜਾ ਬਚਪਨ ਹੈ ਬਹੁਤ ਹੀ ਸੋਹਣਾ ਅਤੇ ਕਹਾਣੀਆਂ ਦੇ ਨਾਲ ਨਿਕਲਿਆ। ਅਤੇ ਫਿਰ ਸ਼ੁਰੂ ਕਰੀਏ ਅੱਜ ਦੀ ਕਹਾਣੀ ਵੀ ਜੀ। ਅੱਜ ਕਿਹੜੀ ਕਹਾਣੀ ਲੈ ਕੇ ਆਏ? ਅੱਜ ਮੈਂ ਕਹਾਣੀ ਲੈ ਕੇ ਆਇਆ ਲੱਕੜ ਦਾ ਟੁਕੜਾ। ਲੱਕੜ ਦਾ ਟੁਕੜਾ ਜੀ। ਅੱਛਾ ਜੀ। ਇਹ ਕਹਾਣੀ ਵਿਗਿਆਨ ਅਤੇ ਕੁਦਰਤ ਦਾ ਜਿਹੜਾ ਸਮਤੋਲ ਹੈ ਜੀ, ਉਸ ਬਾਰੇ ਕਹਾਣੀ ਹੈ ਇਹ ਜੀ। ਤਾਂ ਮੈਂ ਕਹਾਣੀ ਤੁਹਾਨੂੰ ਸੁਣਾਉਣਾ ਜੀ ਜੀ। ਨਿੱਕੇ ਬੱਚਿਓ, ਇੱਕ ਵਾਰ ਦੀ ਗੱਲ ਹੈ ਕਿ ਇੱਕ ਵੱਡੇ ਸਾਰੇ ਚੂਹੇ ਨੂੰ ਸੁਪਨਾ ਆਇਆ ਕਿ ਇਸ ਧਰਤੀ ਤੋਂ ਜਿਹੜੀ ਸਾਡੀ ਹੋਂਦ ਹੈ ਉਹ ਬੰਦਾ ਖਤਮ ਕਰ ਰਿਹਾ। ਤਾਂ ਸੁਪਨਾ ਕਿਉਂਕਿ ਤੜਕੇ ਤੜਕੇ ਆਇਆ ਸੀ, ਤੜਕੇ ਦਾ ਸੁਪਨਾ ਅਕਸਰ ਕਿਹਾ ਜਾਂਦਾ ਵੀ ਉਹ ਸੱਚਾ ਹੁੰਦਾ। ਤਾਂ ਇਸ ਸੁਪਨੇ ਨੂੰ ਸੋਚ ਕੇ ਉਹ ਚੂਹਾ ਡਰ ਗਿਆ। ਤਾਂ ਉਹਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਕਿ ਮੈਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ। ਦੋਸਤਾਂ ਨੇ ਕਿਹਾ ਵੀ ਸੁਪਨੇ ਆਉਂਦੇ ਰਹਿੰਦੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹੈ ਜੀ। ਪਰ ਉਹਨੂੰ ਚੈਨ ਨਹੀਂ ਮਿਲਿਆ। ਉਹਨੇ ਆਪਣੇ ਜਿਹੜੇ ਦੂਸਰੇ ਚੂਹੇ ਸੀ ਸਾਰੇ ਉਹ ਇਕੱਠੇ ਕੀਤੇ, ਉਹਨਾਂ ਵਿੱਚ ਗੱਲ ਰੱਖੀ ਵੀ ਭਾਈ ਮੈਨੂੰ ਇਹ ਸੁਪਨਾ ਆਇਆ ਸੀ। ਤਾਂ ਗੱਲ ਕਰਦਿਆਂ ਕਰਦਿਆਂ ਉਹੀ ਗੱਲ ਚੱਲੀ ਵੀ ਭਾਈ ਸੁਪਨੇ 'ਚ ਇਹ ਮੈਂ ਦੇਖਿਆ ਕਿ ਬੰਦੇ ਨੇ ਸਾਨੂੰ ਮਾਰ ਮੁਕਾਤਾ, ਸਾਡੀ ਨਸਲ ਖਤਮ ਕਰਤੀ। ਤਾਂ ਉਹ ਕਹਿੰਦੇ, ਦੂਸਰਾ ਕਹਿੰਦਾ ਵੀ ਉਹ ਕਿਉਂ ਨਾ ਕਰੇ, ਆਪਾਂ ਵੀ ਤਾਂ ਕਿਹੜਾ ਘੱਟ ਕਰਦੇ ਹਾਂ ਉਹਨਾਂ ਨਾਲ, ਉਹਦੇ ਉਹਨੂੰ ਅਸੀਂ ਤੰਗ ਕਰਦੇ ਹਾਂ, ਉਹਦੇ ਘਰਾਂ 'ਚ ਵੜ ਕੇ, ਅਲਮਾਰੀਆਂ 'ਚ, ਟਰਾਂਕਾਂ 'ਚ ਵੜ ਕੇ ਉਹਦੇ ਰੇਸ਼ਮੀ ਕੱਪੜਿਆਂ ਨੂੰ ਕੁਤਰ ਦਿੰਦੇ ਹਾਂ, ਉਹਦੇ ਜ਼ਰੂਰੀ ਕਾਗਜ਼ਾਤ ਨੂੰ ਖਤਮ ਪਾੜ ਦਿੰਦੇ ਹਾਂ, ਕੁਤਰ ਦਿੰਦੇ ਹਾਂ, ਤਾਂ ਉਹ ਵੀ ਤਾਂ ਸਾਡੇ ਨੂੰ ਗੁੱਸੇ ਨਾਲ ਸਾਨੂੰ ਮਾਰਦਾ। ਉਹ ਕਹਿੰਦਾ ਵੀ, ਦੂਜਾ ਚੂਹਾ ਕਹਿੰਦਾ ਵੀ ਫਿਰ ਇਹਦਾ ਮਤਲਬ ਸੁਪਨਾ ਠੀਕ ਹੋ ਰਿਹਾ, ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਸੀ ਇਹਦਾ ਮਤਲਬ ਠੀਕ ਹੋ ਰਿਹਾ। ਤਾਂ ਗੱਲ ਜਦੋਂ ਕਿਸੇ ਤਣ ਪੱਤਰ ਨਾ ਲੱਗੀ, ਟਾਈਮ ਵੀ ਕਾਫੀ ਹੋ ਚੁੱਕਿਆ ਸੀ, ਤਾਂ ਉਹਨਾਂ ਨੇ ਕਿਹਾ ਵੀ ਆਪਾਂ ਕੱਲ੍ਹ ਗੱਲ ਕਰਦੇ ਹਾਂ ਇਸ ਵਿਸ਼ੇ 'ਤੇ। ਤਾਂ ਜਿਹੜਾ ਉਹਦੇ ਵਿੱਚੋਂ ਇੱਕ ਚੁੱਪ ਚਪੀਤਾ ਚੂਹਾ ਸੀ, ਜਿਹੜਾ ਚੁੱਪ ਚੁੱਪ ਰਹਿੰਦਾ ਸੀਗਾ, ਜਦੋਂ ਉਹ ਘਰੇ ਗਿਆ ਤਾਂ ਉਹ ਮਾਰ ਮੁਕਾਉਣ ਵਾਲੀ ਗੱਲ ਸੀ ਜਿਹੜੀ ਉਹਦੇ ਦਿਮਾਗ 'ਚ ਖੜਕਦੀ ਰਹੀ ਵੀ ਇਹ ਮਾਰ ਦੇਣਗੇ ਸਾਨੂੰ, ਖਤਮ ਹੋ ਜਾਵਾਂਗੇ ਅਸੀਂ। ਤਾਂ ਉਹਨੂੰ ਨੀਂਦ ਨਾ ਆਈ ਤਾਂ ਉਹ ਛੱਤ 'ਤੇ ਚੜ ਗਿਆ। ਛੱਤ 'ਤੇ ਚੜ੍ਹ ਕੇ ਸੋਚਦਾ ਰਿਹਾ, ਰਾਤ ਹੋਰ ਹੋ ਗਈ ਅਤੇ ਇੰਨੀ ਚੁੱਪ ਪਸਰੀ ਵੀ ਸੀ ਵੀ ਜੇ ਪੰਛੀ ਵੀ ਥੋੜ੍ਹਾ ਬਹੁਤ ਕੋਈ ਬੋਲਦਾ ਸੀ ਤਾਂ ਉਹਦੇ ਪੰਛੀਆਂ ਦੀ ਆਵਾਜ਼, ਉਹਦੇ ਫੰਘਾਂ ਦੀ ਫੜਫੜਾਹਟ ਵੀ ਉਹਨੂੰ ਸੁਣ ਰਹੀ ਸੀ, ਪਰ ਉਹਨੂੰ ਨੀਂਦ ਨਹੀਂ ਆ ਰਹੀ ਸੀ। ਉਹਨੂੰ ਸੋਚਦਿਆਂ ਸੋਚਦਿਆਂ ਉਹ ਇੰਨਾ ਸੋਚਦਿਆਂ ਸੋਚਿਆ ਉਹਨੇ ਕਿ ਦਿਨ ਚੜ੍ਹ ਗਿਆ ਹਲਕਾ ਹਲਕਾ, ਉਹ ਛੱਤ ਤੋਂ ਨੀਚੇ ਉਤਰ ਆਇਆ ਤਾਂ ਫਿਰ ਚੂਹਿਆਂ ਦੀ ਜਿਹੜੀ ਮੀਟਿੰਗ ਆ ਫਿਰ ਸ਼ੁਰੂ ਹੋਈ। ਤਾਂ ਜਿਹੜਾ ਵੱਡਾ ਚੂਹਾ ਸੀ ਉਹਨੇ ਕਿਹਾ ਵੀ ਭਾਈ ਇਸ ਗੱਲ ਨੂੰ ਵਿਚਾਰੋ। ਚੁੱਪ ਚੁਪੀਤਾ ਚੂਹਾ ਕਹਿੰਦਾ ਵੀ ਦੇਖੋ, ਸੁਪਨੇ ਜਿਹੜੇ ਹੈਗੇ ਨੇ ਉਹ ਆ ਸਕਦੇ ਨੇ ਚੰਗੇ ਮਾੜੇ, ਪਰ ਉਹਦੇ ਨਾਲ ਸਾਡੇ ਖਾਤਮੇ ਦਾ ਕੋਈ ਸੰਬੰਧ ਨਹੀਂ ਹੈ। ਦੂਜੀ ਗੱਲ ਵੀ ਜਿਹੜੀ ਕੁਦਰਤ ਹੈ ਉਹ ਕਦੇ ਵੀ ਅਸੰਤੁਲਨ ਨਹੀਂ ਕਰਦੀ ਹੈ, ਅਸੰਤੁਲਿਤ ਨਹੀਂ ਹੁੰਦੀ ਹੈ ਕੁਦਰਤ। ਦੇਖੋ ਕੁਦਰਤ ਹੈ ਜਿਹੜੀ ਕਹਿੰਦੇ ਵੀ ਉਹ ਪਹਾੜਾਂ 'ਚ, ਝਰਨਿਆਂ 'ਚ, ਬਿਰਖਾਂ 'ਚ ਵਸਦੀ ਹੈ ਅਤੇ ਉਹ ਖੇਤਾਂ 'ਚ ਵੀ ਕੁਦਰਤ ਵਸਦੀ ਹੈ। ਖੇਤ ਵੀ ਜਿਹੜੇ ਹੈਗੇ ਨੇ ਉਹ ਕੁਦਰਤ ਨਾਲ ਜਿਉਂਦੇ ਨੇ। ਵੀ ਅਸੀਂ ਜਿਹੜੇ ਲੋਕ ਹਾਂ ਵੀ ਅਸੀਂ ਖੇਤਾਂ 'ਚ ਵੀ ਜਾਂਦੇ ਹਾਂ, ਖੇਤਾਂ 'ਚ ਵੀ ਕੰਮ ਕਰਦੇ ਹਾਂ। ਇੱਕ ਹੋਰ ਚੂਹਾ ਸੀ ਵਿਚਾਰਾ, ਬੜਾ ਤੇਜ਼ ਜਿਹਾ ਚੂਹਾ ਸੀ, ਉਹ ਕਹਿੰਦਾ ਵੀ ਫਿਰ ਕੀ ਹੋਇਆ,
ਉਹ ਕਹਿੰਦਾ ਹੋਇਆ ਏ ਵੀ ਜਦੋਂ ਅਸੀਂ ਖੇਤਾਂ 'ਚ ਜਾਂਦੇ ਹਾਂ ਤਾਂ ਜਿਹੜੀਆਂ ਖੇਤਾਂ 'ਚ ਫਸਲਾਂ ਨੂੰ ਹਾਨੀ ਪਹੁੰਚਾਉਂਦੀਆਂ ਨੇ ਸੁੰਡੀਆਂ, ਅਸੀਂ ਉਹ ਖਾ ਜਾਂਦੇ ਹਾਂ, ਤਾਂ ਇਸ ਕਰਕੇ ਅਸੀਂ ਕਿਸਾਨ ਦੇ ਮਿੱਤਰ ਵੀ ਹਾਂ। ਉਹ ਕਹਿੰਦੇ ਵੀ ਇਹ ਕੀ ਕਰ ਰਹੇ ਹਾਂ ਆਪਾਂ, ਇੱਕ ਚੂਹਾ ਕਹਿੰਦਾ ਵੀ ਅਸੀਂ ਕੁਦਰਤ ਦਾ ਹੀ ਗੁਣਗਾਨ ਗਾਈ ਜਾਂਦੇ ਕਰੀ ਜਾਂਦੇ ਹਾਂ, ਹੈ ਨਾ। ਸਾਡੀ ਸਮੱਸਿਆ ਕੀ ਹੈ? ਸਾਡੀ ਸਮੱਸਿਆ ਇਹ ਆ ਵੀ ਬੰਦਾ ਸਾਨੂੰ ਮਾਰਦਾ, ਅਸੀਂ ਉਹਦੇ ਬਾਰੇ ਸੋਚੀਏ। ਉਹ ਕਹਿੰਦੇ ਭਾਈ ਜੇ ਬੰਦ ਇੱਕ ਉਹ 'ਚ ਸਿਆਣਾ ਚੂਹਾ ਸੀ ਜੀ, ਉਹ ਕਹਿੰਦਾ ਵੀ ਇਹ ਮਾਰਦਾ ਉਹ ਇਸੇ ਕਰਕੇ ਮਾਰਦਾ ਵੀ ਅਸੀਂ ਉਹਨੂੰ ਤੰਗ ਕਰਦੇ ਹਾਂ। ਇੱਕ ਸਿਆਣਾ ਚੂਹਾ ਸੀ ਅਧਖੜ, ਜਿਹਨੂੰ ਆਪਾਂ ਬੁੜਾ ਚੂਹਾ ਕਹਿੰਦੇ ਹਾਂ, ਉਹ ਕਹਿੰਦਾ ਵੀ ਜੇ ਤੁਸੀਂ ਤਾਂ ਨੌਜਵਾਨ ਹੋ, ਤੁਸੀਂ ਤਾਂ ਭੱਜ ਜਾਂਦੇ ਹੋ, ਮੈਂ ਕਿੱਥੇ ਭੱਜ ਸਕਦਾ, ਮੈਂ ਭੱਜਦਾ ਨਹੀਂ। ਫਿਰ ਮਨੁੱਖ ਵੀ ਕਿੰਨਾ ਸਿਆਣਾ ਹੋ ਗਿਆ, ਉਹ ਧਰਤੀ 'ਤੇ ਕੋਈ ਸਿੜਦਾ ਹੀ ਨਹੀਂ ਜੀ, ਗੇਰਦਾ ਹੀ ਨਹੀਂ, ਤਾਂ ਅਸੀਂ ਫਿਰ ਕੁਤਰੀ ਇਹਨੇ ਤਾਂ ਕੀ ਕਰੀਏ, ਢਿੱਡ ਕਿੱਥੋਂ ਭਰੀਏ। ਤੁਹਾਡਾ ਵੱਡਾ ਚੂਹਾ ਸੀ, ਉਹ ਕਹਿੰਦਾ ਵੀ ਦੇਖੋ ਕਿਸੇ ਦਾ ਨੁਕਸਾਨ ਕਰਨਾ ਇਹ ਚੰਗੀ ਗੱਲ ਨਹੀਂ ਹੈਗੀ, ਆਪਦੇ ਢਿੱਡ ਭਰਨ ਲਈ ਕਿਸੇ ਦਾ ਨੁਕਸਾਨ ਕਰਨਾ ਚੰਗੀ ਗੱਲ ਨਹੀਂ ਹੈਗੀ, ਤਾਂ ਅਸੀਂ ਕਿਸੇ ਦਾ ਭਲਾ ਕਰ ਸਕਦੇ। ਇੱਕ ਚੂਹਾ ਕਹਿੰਦਾ ਵੀ ਇਸ ਗੱਲ ਬਾਰੇ ਸੋਚੋ ਵੀ ਜਿਹੜੇ ਸਾਡੇ ਪੁਰਖੇ ਸੀ ਜੀ, ਉਹਨਾਂ ਨੇ ਸ਼ੇਰ ਨੂੰ ਜਾਲ 'ਚੋਂ ਆਜ਼ਾਦ ਕਰਾਇਆ ਸੀ, ਜੇ ਉਹ ਕੁਤਰਦਾ ਨਾ ਹੁੰਦਾ ਤਾਂ ਜਾਲ 'ਚੋਂ ਸ਼ੇਰ ਕਿਵੇਂ ਆਜ਼ਾਦ ਹੁੰਦਾ ਜੀ। ਤਾਂ ਉਹ 'ਚੋਂ ਜਿਹੜਾ ਸਿਆਣਾ ਚੂਹਾ ਸੀ ਉਹ ਕਹਿੰਦਾ ਭਾਈ ਕਿਸੇ ਦੇ ਭਲੇ ਵਾਸਤੇ ਕੁਤਰਨਾ ਤਾਂ ਜਾਇਜ਼ ਹੈ, ਜੇ ਤੁਸੀਂ ਕਿਸੇ ਦਾ ਨੁਕਸਾਨ ਕਰਨ ਵਾਸਤੇ ਕੁਤਰਦੇ ਹੋ ਤਾਂ ਉਹ ਠੀਕ ਨਹੀਂ ਹੈ ਜੀ। ਉਹਨਾਂ ਦੀ ਬਹਿਸ ਇਸੇ ਤਰ੍ਹਾਂ ਹੀ ਚੱਲਦੀ ਹੈ। ਅਤੇ ਫਿਰ ਇੱਕ ਉਹ ਕਹਿੰਦਾ, ਇੱਕ ਬੰਦਾ ਕਹਿੰਦਾ ਕਿ ਇਹਨਾਂ ਦੀ ਜਿਹੜੀ ਬੰਦਾ ਹੈ, ਜਿਹੜਾ ਬੰਦੇ ਦੀ ਕਮਜ਼ੋਰੀ, ਬੰਦੇ ਦੀ ਲੋੜ ਰੋਟੀ ਹੈ ਅਤੇ ਸਾਡੀ ਵੀ ਲੋੜ ਰੋਟੀ ਹੈ, ਪਰ ਬੰਦੇ ਦੇ ਮੂਹਰੇ ਕਿਵੇਂ ਜਾਈਏ? ਇੱਕ ਜਿਹੜਾ ਚਲਾਕ ਜਿਹਾ ਚੂਹਾ ਸੀ ਉਹ ਕਹਿੰਦਾ ਵੀ ਬੰਦੇ ਦੇ ਮੂਹਰੇ ਜਾਣਾ ਤਾਂ ਇਸ ਤਰ੍ਹਾਂ ਜਿਵੇਂ ਆਪਾਂ ਬਿੱਲੀ ਦੇ ਗੱਲ ਟੱਲੀ ਪਾਉਣੀ ਹੋਵੇ ਤਾਂ ਫਿਰ ਤਾਂ ਸਾਨੂੰ ਮਾਰ ਹੀ ਦੇਊਗਾ ਉਹ ਜੀ, ਵੀ ਇਹ ਤਾਂ ਬੜਾ ਔਖਾ ਕੰਮ ਹੈ। ਅਤੇ ਜਿਹੜਾ ਵੱਡਾ ਚੂਹਾ ਸੀ ਉਹ ਕਹਿੰਦਾ ਭਾਈ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ ਤਾਂ ਫਿਰ ਆਜ਼ਾਦੀ ਨਾ ਪਾਲੋ, ਫਿਰ ਤੁਹਾਨੂੰ ਆਜ਼ਾਦੀ ਨਹੀਂ ਮਿਲਣੀ ਹੈ। ਫਿਰ ਉਹ ਇੱਕ ਜਿਹੜਾ ਚੁੱਪ ਚੁਪੀਤਾ ਚੂਹਾ ਸੀ ਉਹ ਕਹਿੰਦਾ ਵੀ ਇੱਕ ਹੱਲ ਹੋ ਸਕਦਾ ਆਪਣਾ ਕਿ ਜੇ ਅਸੀਂ ਆਪਸੀ ਸਾਂਝ ਨਾਲ ਇਹ ਹੱਲ ਕਰੀਏ ਫਿਰ ਜਾ ਕੇ ਕਿਤੇ ਅਸੀਂ ਇਹਨੂੰ ਹੱਲ ਕਰ ਸਕਦੇ ਹਾਂ। ਉਹ ਕਹਿੰਦੇ ਆਪਸੀ ਸਾਂਝ ਕਿਵੇਂ? ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਜਿਹੜੇ ਵੀ ਘਰੇ ਜਾਣਾ ਅਸੀਂ, ਠੀਕ ਹੈ, ਵੀ ਉਹਨੂੰ ਬੰਦੇ ਨੂੰ ਪਤਾ ਵੀ ਸਾਡੀ ਜਿਹੜੀ ਕਮਜ਼ੋਰੀ ਹੈ ਉਹ ਰੋਟੀ ਹੈ, ਠੀਕ ਹੈ, ਜਦੋਂ ਜਾਣਾ ਇਕੱਲੇ ਨਾ ਜਾਈਏ ਕਿਉਂਕਿ ਇਕੱਲਾ ਇਕੱਲਾ ਜਾਂਦਾ ਤਾਂ ਮਰ ਕੇ ਆ ਜਾਂਦਾ, ਵੀ ਆਪਾਂ ਏਕੇ ਨਾਲ ਇਕੱਠੇ ਚੱਲੀਏ, ਦੋ ਦੋ ਚਾਰ ਚਾਰ ਚੂਹੇ ਇਕੱਠੇ ਚੱਲੀਏ। ਉਹ ਕਹਿੰਦਾ ਵੀ ਇਹਦੇ ਨਾਲ ਕੀ ਹੋਊਗਾ? ਉਹ ਕਹਿੰਦੇ ਭਾਈ ਇਹਦੇ ਨਾਲ ਇਹ ਹੋਊਗਾ ਵੀ ਇੱਕ ਤਾਂ ਧਿਆਨ ਰੱਖੂਗਾ ਇੱਕ ਦੂਜੇ ਦਾ, ਦੂਸਰਾ ਜਿਹੜਾ ਹੈਗਾ ਉਹਨੂੰ ਸੁਰੱਖਿਆ ਵੀ ਬਣੀ ਰਹੂਗੀ। ਅਤੇ ਚੁੱਪ ਚੁਪੀਤਾ ਚੂਹਾ ਕਹਿੰਦਾ ਵੀ ਜਿਹੜਾ ਬੰਦਾ ਉਹ ਬੜਾ ਸਿਆਣਾ, ਉਹਨੇ ਕੜਕੀ ਲਾਈ ਵੀ ਆਪਣੇ ਲਈ, ਆਪਣੇ ਲਈ ਕੜਕੀ ਲਾਈ ਹੈ ਵੀ ਅਸੀਂ ਭੁੱਖ ਦੇ ਮਾਰੇ ਇੱਕਦਮ ਰੋਟੀ ਨੂੰ ਭੱਜਦੇ ਹਾਂ ਅਤੇ ਕੜਕੀ 'ਚ ਫਸ ਜਾਂਦੇ ਹਾਂ ਅਤੇ ਫਿਰ ਸਾਨੂੰ ਮਾਰ ਦਿੱਤਾ ਜਾਂਦਾ। ਉਹ ਕਹਿੰਦਾ ਵੀ ਇਹਦਾ ਵੀ ਹੱਲ ਹੈਗਾ ਵੀ ਜਦੋਂ ਤੁਸੀਂ ਕਿਸੇ ਦੇ ਘਰ 'ਚ ਦੋ ਚਾਰ ਜਾਓਗੇ ਇਕੱਠੇ ਹੋ ਕੇ ਤਾਂ ਫਿਰ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ ਵੀ ਉੱਥੇ ਕੋਈ ਰਬੜ ਦਾ ਟੁਕੜਾ ਲੱਭੋ ਜਾਂ ਕੋਈ ਰੋੜਾ ਲੱਭ ਲਓ ਜਾਂ ਲੱਕੜ ਦਾ ਕੋਈ ਟੁਕੜਾ ਲੱਭ ਲਓ ਜੀ। ਜਿਹੜਾ ਚਲਾਕ ਜਿਹਾ ਚੂਹਾ ਹੁੰਦਾ ਉਹ ਕਹਿੰਦਾ ਇਹਦੇ ਨਾਲ ਕੀ ਹੋਊਗਾ ਫਿਰ? ਉਹ ਕਹਿੰਦਾ ਮੇਰੀ ਪੂਰੀ ਤਾਂ ਗੱਲ ਸੁਣੋ, ਇਹਦੇ ਨਾਲ ਇਹ ਹੋਣਾ ਵੀ ਜਿਹੜਾ ਕੜਕੀ ਦਾ ਅਗਲਾ ਹਿੱਸਾ ਜੀ ਉਹ ਰੋੜੇ 'ਤੇ ਜਾਂ ਲੱਕੜ ਦੇ ਟੁਕੜੇ 'ਤੇ ਗਿਰੂਗਾ। ਲੱਕੜ 'ਤੇ ਟੁਕੜੇ 'ਤੇ ਗਿਰਨ ਨਾਲ ਇਹ ਹੋਊਗਾ ਵੀ ਜਿਹੜਾ ਉਹਦਾ ਅਗਲਾ ਹਿੱਸਾ ਉਹ ਖੁੱਲ੍ਹਾ ਰਹੂਗਾ। ਅੱਛਾ ਜੀ, ਜੇ ਖੁੱਲ੍ਹਾ ਰਹੂਗਾ ਤਾਂ ਤੁਸੀਂ ਇਕੱਲੇ ਇਕੱਲੇ ਜਾ ਕੇ ਰੋਟੀ ਖਾਓ ਅਤੇ ਬਾਹਰ ਨਿਕਲੇ। ਵੱਡਾ ਚੂਹਾ ਉਹਨੇ ਦੀ ਗੱਲ ਨੂੰ ਬੜਾ ਧਿਆਨ ਨਾਲ ਸੁਣ ਰਿਹਾ, ਪਰ ਕਹਿੰਦਾ ਵੀ ਜੇ ਬੰਦਾ ਆਲੇ ਦੁਆਲੇ ਲੁਕਿਆ ਹੋਵੇ, ਉਹ ਕਹਿੰਦੇ ਨਹੀਂ ਤੁਸੀਂ ਸਤਰਕ ਹੋ ਗਏ, ਜਦੋਂ ਤੁਸੀਂ ਤਿੰਨ ਤਿੰਨ ਚਾਰ ਚਾਰ ਜਾਣਾ ਤੁਸੀਂ ਜਿਹੜਾ ਇੱਕ ਇੱਕ ਨੇ ਦੇਖਣਾ ਵੀ ਬੰਦਾ ਕਿੱਥੇ ਆ, ਕੜਕੀ ਕਿੱਥੇ ਲਾਈ ਹੋਈ ਹੈ, ਹੈ ਨਾ। ਸੋ ਮਤਲਬ ਜਦੋਂ ਤੁਸੀਂ ਇਸ ਤਰ੍ਹਾਂ ਦਾ ਕਰੋਗੇ ਤਾਂ ਉਹ ਕੜਕੀ ਦਾ ਅਗਲਾ ਹਿੱਸਾ ਉਹ 'ਤੇ ਮੂਹਰੇ ਡਿੱਗ ਪਊਗਾ ਅਤੇ ਤੁਸੀਂ ਆਰਾਮ ਨਾਲ ਖਾ ਕੇ ਆ ਜਾਓਗੇ। ਤਾਂ ਵੱਡੇ ਚੂਹੇ ਨੂੰ ਉਹਦੀ ਗੱਲ ਸਿਆਣੀ ਲੱਗੀ, ਉਹ ਕਹਿੰਦਾ ਵੀ ਗੱਲ ਤਾਂ ਬਹੁਤ ਵਧੀਆ, ਇਹ ਵੀ ਇੱਕ ਤਜ਼ਰਬਾ, ਆਪਾਂ ਹੋ ਸਕਦਾ ਆਪਾਂ ਸਫਲ ਹੋਈਏ। ਤਾਂ ਸਾਰੇ ਚੂਹਿਆਂ ਨੇ ਤਾੜੀਆਂ ਮਾਰੀਆਂ ਅਤੇ ਉਹਨੂੰ ਮੋਢਿਆਂ 'ਤੇ ਚੱਕ ਲਿਆ। ਜਿਹੜਾ ਚੁੱਪ ਚੁਪੀਤਾ ਚੂਹਾ ਸੀ ਉਹਨੂੰ ਲੱਗਿਆ ਕਿ ਅਸੀਂ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ ਜੀ। ਇਹ ਸੀ ਮੇਰੀ ਕਹਾਣੀ ਲੱਕੜ ਦਾ
ਟੁਕੜਾ। ਕਿਆ ਬਾਤ ਹੈ ਜੀ, ਬੜੀ ਸੋਚੀਏ ਤਾਂ ਇਹ ਲੱਗਦਾ ਕਿ ਜਿਸ ਤਰ੍ਹਾਂ ਸਿਰਫ ਚੂਹਿਆਂ ਦੀ ਵੈਸੇ ਗੱਲਾਂ ਚੱਲ ਰਹੀਆਂ, ਤਾਂ ਸੋਚੀ ਦਾ ਹੈ ਚੂਹਿਆਂ ਦੇ ਮਾਧਿਅਮ ਨਾਲ ਤੁਸੀਂ ਇਹ ਵੀ ਸੰਦੇਸ਼ ਦੇ ਦਿੱਤਾ ਕਿ ਕਿਸ ਤਰ੍ਹਾਂ ਉਹ ਨੇਚਰ ਦੇ ਮਿੱਤਰ ਨੇ, ਕੁਦਰਤ ਕਿਵੇਂ ਸੰਤੁਲਨ ਕਾਇਮ ਕਰਦੇ ਜੀ। ਅਤੇ ਜ਼ਿੰਦਗੀ, ਮਤਲਬ ਮੈਂ ਮਾਫ਼ੀ ਚਾਹੁੰਦੀ ਹਾਂ ਕਿਉਂਕਿ ਜਿੱਦਾਂ ਤੁਸੀਂ ਕਹਾਣੀ ਦੇ ਵਿੱਚ ਦੱਸਿਆ ਜ਼ਿੰਦਗੀ ਜਿਉਣ ਦਾ ਹਰ ਇੱਕ ਨੂੰ ਹੱਕ ਹੈ, ਹੈ ਨਾ। ਐਕਚੁਅਲੀ ਇਹਦਾ ਇੱਕ ਤਾਂ ਇਹ ਵੀ ਸੰਦੇਸ਼ ਸੀਗਾ ਵੀ ਜੀਓ ਅਤੇ ਜਿਉਣ ਦੀ, ਜੀਓ ਅਤੇ ਜਿਉਣ, ਪਰ ਇਹ ਵੀ ਨਹੀਂ ਹੈਗਾ ਵੀ ਕੋਈ ਨੁਕਸਾਨ ਕਰੇ। ਪਰ ਜਿਹੜਾ ਹੈਗਾ ਅਸੀਂ ਜੀਵਾਂ ਦੀ ਰਾਖੀ ਵੀ ਸਾਡੇ ਲਈ ਜ਼ਰੂਰੀ ਹੈ। ਉਹ ਜੀਵ ਹਰ ਤਰ੍ਹਾਂ ਦੇ ਜਿਹੜੇ ਹੈਗੇ ਨੇ, ਪ੍ਰਕਿਰਤੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਕਿਰਤੀ ਨੇ ਸੰਤੁਲਨ ਬਣਾ ਕੇ ਰੱਖਿਆ ਜੀ। ਹਰ ਕਿਸੇ ਦਾ ਆਪਣਾ ਆਪਣਾ ਵਰਕ ਹੈ, ਆਪਣਾ ਆਪਣਾ ਕੰਮ ਹੈ ਉਹਨਾਂ ਦਾ ਜੀ। ਇਹ ਚੀਜ਼ ਇਹਦੇ 'ਚ ਤੁਸੀਂ ਦੱਸੀ ਕਿ ਜਦੋਂ ਉਹਨੇ ਕਿਹਾ ਵੀ ਸ਼ੇਰ ਦਾ ਜਾਲ ਕੁਤਰਿਆ ਸੀਗਾ ਕਿ ਕੁਤਰਨਾ ਤਾਂ ਸਾਡਾ ਹੁਨਰ ਹੈ, ਹੈ ਨਾ। ਉਹਨੇ ਕਿਹਾ ਕਿ ਇਹੀ ਕੁਤਰਨਾ ਜਿਹੜਾ ਕਿਸੇ ਦੇ ਭਲੇ ਲਈ ਆਵੇ ਤਾਂ ਚੰਗੀ ਗੱਲ ਹੈ। ਉਹ ਵੱਡਾ ਚੂਹਾ ਇਹੀ ਗੱਲ ਕਹਿੰਦਾ ਜੀ ਵੀ ਕੁਤਰਨਾ ਸਾਡਾ ਕੰਮ ਹੈ, ਲੇਕਿਨ ਕਿਸੇ ਦਾ ਨੁਕਸਾਨ ਕਰਨਾ ਭਲਾ ਕਰ ਉਹ ਨਹੀਂ ਠੀਕ ਹੈ। ਪਰ ਜੇ ਕਿਸੇ ਦੇ ਭਲੇ ਵਾਸਤੇ ਕਤਰਿਆ ਜਾਵੇ ਤਾਂ ਫਿਰ ਉਹ ਫਿਰ ਠੀਕ ਹੈ, ਉਹ ਠੀਕ ਹੈ। ਤਸੀਮ ਜੀ ਵੇਖ ਲਓ ਕਿ ਇਹ ਛੋਟੀਆਂ ਛੋਟੀਆਂ ਗੱਲਾਂ, ਜਿਸ ਤਰ੍ਹਾਂ ਅਸੀਂ ਕਹਾਣੀ ਸੁਣਦੇ ਹਾਂ ਅਤੇ ਜਿਹਨੂੰ ਸਿਰਫ ਅਸੀਂ ਐਂਟਰਟੇਨਮੈਂਟ ਇੰਜੋਏ ਕੀਤਾ ਜੀ, ਮਜ਼ਾ ਲਿਆ, ਸੁਣਿਆ, ਭੁੱਲ ਗਏ, ਉਹ ਤਾਂ ਖਤਮ। ਜੇ ਉਹਦੇ ਵਿੱਚੋਂ ਨਿੱਕੀ ਨਿੱਕੀ ਗੱਲ 'ਚੋਂ ਅਸੀਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰੀਏ ਤਾਂ ਇਸ ਗੱਲ ਦੇ ਵਿੱਚ ਵੀ ਇੱਕ ਆਪਣੀ ਸਿੱਖਿਆ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਮੈਂ ਤਾਂ ਮੇਰੀ ਮਰਜ਼ੀ 'ਚ ਮੈਂ ਤਾਂ ਕੰਮ ਕਰਨਾ, ਹਾਂਜੀ ਉਹ ਕੰਮ ਅਸੀਂ ਕਰ ਰਹੇ ਹਾਂ, ਪਰ ਇਹ ਨਹੀਂ ਸੋਚਦੇ ਕਿ ਇਹਦੇ ਨਾਲ ਕਿਸੇ ਦੂਸਰੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ, ਇਹ ਕਹਾਣੀ ਜਿਹੜੀ ਹੈਗੀ ਸੀ ਵੀ ਚੂਹਿਆਂ ਦੇ ਮਾਧਿਅਮ ਰਾਹੀਂ ਮੈਂ ਇਸ ਕਰਕੇ ਕਹੀ ਕਿਉਂਕਿ ਜਿਹੜੇ ਬੱਚੇ ਨੇ ਜੀ ਉਹ ਪੰਛੀਆਂ ਬਾਰੇ, ਪੰਛੀਆਂ ਨਾਲ ਗੱਲਾਂ ਕਰਨਾ, ਜਾਨਵਰਾਂ ਨਾਲ ਗੱਲਾਂ ਕਰਨਾ, ਜੀਵਾਂ ਨਾਲ ਗੱਲਾਂ ਕਰਨੀਆਂ, ਉਹਨਾਂ ਨੂੰ ਬੜਾ ਇੰਟਰਸਟ ਆਉਂਦਾ ਇਸ ਗੱਲ ਨਾਲ ਜੀ। ਉਹਨਾਂ ਨੂੰ ਬੜੀ ਹੈਰਾਨੀ ਵੀ ਹੁੰਦੀ ਹੋਊਗੀ ਕਿ ਚੂਹੇ ਵੀ ਬੋਲਦੇ ਨੇ, ਚੂਹੇ ਮੀਟਿੰਗ ਕਰਦੇ ਨੇ, ਚੂਹੇ ਬੈਠਕਾਂ ਕਰਦੇ ਨੇ, ਹੈ ਨਾ। ਤਾਂ ਉਹ ਇਸ ਕਰਕੇ ਸੀ ਵੀ ਇੱਕ ਮਾਧਿਅਮ ਚੁਣਿਆ ਸੀ ਮੈਂ ਚੂਹਿਆਂ ਦਾ ਵੀ ਤਾਂ ਕਿ ਬੱਚੇ ਉਸ ਚੀਜ਼ ਨੂੰ ਬੜਾ ਖੁੱਲ੍ਹ ਕੇ ਪੜ੍ਹਨ ਅਤੇ ਔਰ ਪੜ੍ਹਨ ਵੀ ਨਾਲ ਸਾਨੂੰ ਸੁਨੇਹਾ ਵੀ ਲੈਣ ਉਹਨਾਂ ਵੀ ਇਹ ਵਿਗਿਆਨ ਆ ਜਿਹੜਾ, ਸਾਇੰਸ ਹੈ ਜਿਹੜੀ, ਉਹ ਅਸੰਤੁਲਨ ਨਹੀਂ ਹੁੰਦੀ ਹੈ। ਬੜੀ ਸਹੀ ਗੱਲ, ਪ੍ਰਕਿਰਤੀ ਜਿਹੜੀ ਹੈਗੀ ਹੈ ਉਹ ਕਦੇ ਵੀ ਅਸੰਤੁਲਨ ਨਹੀਂ ਹੁੰਦੀ। ਜੀ ਜੀ, ਬੜੀ ਸਹੀ ਗੱਲ ਦੱਸੀ ਇਹਨਾਂ ਨੇ ਕਿਉਂਕਿ ਮੈਂ ਵੀ ਛੋਟੇ ਹੁੰਦੇ ਕੌਮਿਕਸ ਪੜ੍ਹਦਾ ਸੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਜੀਵ ਜੰਤੂਆਂ ਦੀ ਕਹਾਣੀ ਹੁੰਦੀ ਸੀ ਮਜ਼ਾ ਆਉਂਦਾ ਸੀ। ਅੱਜ ਵੀ ਬਹੁਤ ਮਜ਼ਾ ਆਇਆ ਤੁਸੀਂ ਸਟੂਡੀਓ 'ਚ ਇਹ ਕਹਾਣੀ ਸੁਣਾਈ। ਮੈਂ ਉਮੀਦ ਕਰਦਾ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗੀ ਹੋਏਗੀ। ਤੁਹਾਡਾ ਇੱਥੇ ਆਉਣ 'ਤੇ ਧੰਨਵਾਦ ਕਰਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਦਰਸ਼ਕੋ।